ਭਾਰਤ-ਚੀਨ ਸਰਹੱਦ ਨੇੜੇ ਜੰਮੂ-ਕਸ਼ਮੀਰ ਅਤੇ ਡੋਡਾ ਜ਼ਿਲ੍ਹੇ ਵਿੱਚ ਰਾਤ 9:55 ਮਿੰਟ 'ਤੇ 4.4 ਤਿੱਬਰਤਾ ਦਾ ਭੁਚਾਲ ਆਇਆ। ਜੰਮੂ-ਕਸ਼ਮੀਰ ਅਤੇ ਲਦਾਖ ਦੇ ਖੇਤਰ ਵਿੱਚ 24 ਘੰਟਿਆਂ ਦੇ ਅੰਦਰ 5 ਹਲਕੇ ਤਿੱਬਰਤਾ ਵਾਲੇ ਭੁਚਾਲ ਆਏ ਜਿਸ ਦੀ ਤਿੱਬਰਤਾ 4.5 ਤੋਂ ਵੱਧ ਸੀ। ਜੰਮੂ ਕਸ਼ਮੀਰ ਵਿੱਚ ਸ਼ਨੀਵਾਰ ਦੁਪਹਿਰ 2:3.0 ਦੀ ਤਿੱਬਰਤਾ ਵਾਲੇ ਪਚਾਰ ਦੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ 2:00 ਵਜੇ ਆਈ 3.0 ਤਿੱਬਰਤਾ ਦੇ ਪਚਾਰ ਦਾ ਕੇਂਦਰ ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ਦੇ ਨਾਲ ਪਹਾੜੀ ਰਾਂਬਨ ਜ਼ਿਲ੍ਹਾ ਸੀ। ਉਨ੍ਹਾਂ ਨੇ ਇਹ ਕਿਹਾ ਕਿ ਪੁਚਾਲ ਦੀ ਢੁੰਗਾਈ ਸਤਾ ਤੋਂ 5 ਕਿਲੋਮੀਟਰ ਹੇਠਾਂ ਤੇ 33.31 ਡਿਗਰੀ ਅਤੇ 75.19 ਡਿਗਰੀ ਪੂਰਬ ਦੇ ਅਕਸ਼ਾਂਸ਼ ਉੱਤੇ ਸੀ। ਦੂਜਾ ਝਟਕਾ ਲੇ ਲਦਾਖ ਤੋਂ 271 ਕਿਲੋਮੀਟਰ ਉੱਤਰ ਪੂਰਬ ਵਿੱਚ ਰਾਤ 9:44 ਮਿੰਟ ਉਤੇ 4.5 ਦੀ ਤੀਬਰਤਾ ਨਾਲ ਲੱਗਿਆ। ਭਾਰਤ-ਚੀਨ ਸਰਹੱਦ ਨੇੜੇ ਪੁਚਾਲ ਦੇ 15 ਮਿੰਟਾਂ ਦੇ ਅੰਦਰ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਰਾਤ 9:55 ਮਿੰਟ ਉਤੇ 4.4 ਤੀਬਰਤਾ ਦਾ ਪੁਚਾਲ ਆਇਆ। ਡੋਡਾ ਜ਼ਿਲ੍ਹੇ ਵਿੱਚ ਪਿਛਲੇ 5 ਦਿਨਾਂ ਵਿੱਚ ਇਹ 7ਵਾਂ ਭੁਚਾਲ ਸੀ ਐਤਵਾਰ ਤੜਕੇ ਲਦਾਖ ਤੇਲੇ ਵਿਖੇ ਜ਼ਿਲ੍ਹੇ ਦੇ ਵਿੱਚ 295 ਕਿਲੋਮੀਟਰ ਉੱਤਰ ਪੂਰਬ ਵਿੱਚ ਭਾਰਤ-ਚੀਨ ਸਰਹੱਦੇ ਦੇ ਨੇੜੇ ਇਸ ਦੇ ਕੇਂਦਰ ਦੇ ਨਾਲ 4.1 ਤੀਬਰਤਾ ਦੇ ਭੁਚਾਲ ਨੇ ਫਿਰ ਤੋਂ ਖੇਤਰ ਨੂੰ ਝਟਕਾ ਦਿੱਤਾ ਪੰਜਵੀਂ ਅਤੇ ਆਖਰੀ ਭੁਚਾਲ ਦੀ ਗਤੀਵਿਧੀ ਜੰਮੂ ਕਸ਼ਮੀਰ ਦੇ ਕਟੜਾ ਨੇੜੇ ਦੇਖੀ ਗਈ ਕਟੜਾ ਤੋਂ 80 ਕਿਲੋਮੀਟਰ ਪੂਰਬ ਵਿੱਚ ਤੜਕੇ 3.50 ਮਿੰਟ ਉਤੇ 4.1 ਦੀ ਤੀਬਰਤਾ ਦਾ ਭੁਚਾਲ 11 ਕਿਲੋਮੀਟਰ ਦੀ ਡੂੰਘਾਈ ਦੇ ਵਿੱਚ ਆਇਆ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਭਾਰਤ ਚੀਨ ਸਰਹੱਦ ਨੇੜੇ ਜੰਮੂ ਕਸ਼ਮੀਰ ਅਤੇ ਡੋਡਾ ਜ਼ਿਲ੍ਹੇ ਵਿੱਚ ਰਾਤ 9:55 ਮਿੰਟ ਉਤੇ 4.4 ਤੀਬਰਤਾ ਦਾ ਭੁਚਾਲ ਆਇਆ ਜੰਮੂ ਕਸ਼ਮੀਰ ਅਤੇ ਲਦਾਖ ਦੇ ਖੇਤਰ ਵਿੱਚ 24 ਘੰਟਿਆਂ ਦੇ ਅੰਦਰ ਪੰਜ ਹਲਕੇ ਤਿੱਬਰਤਾ ਵਾਲੇ ਭੁਚਾਲ ਆਏ ਜਿਸ ਦੀ ਤਿੱਬਰਤਾ 4.5 ਤੋਂ ਵੱਧ ਸੀ ਜੰਮੂ ਕਸ਼ਮੀਰ ਵਿੱਚ ਸ਼ਨੀਵਾਰ ਦੁਪਹਿਰ 2 ਵਜੇ 3.0 ਦੀ ਤਿੱਬਰਤਾ ਵਾਲੇ ਭੁਚਾਲ ਦੇ ਛਿਟਕੇ ਮਹਿਸੂਸ ਕੀਤੇ ਗਏ ਤੇ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ 2 ਵਜੇ ਆਏ 3.0 ਤਿੱਬਰਤਾ ਦੇ ਭੁਚਾਲ ਦਾ ਕੇਂਦਰ ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ਦੇ ਨਾਲ ਪਹਾੜੀ ਰਾਂਬਨ ਜ਼ਿਲ੍ਹਾ ਸੀ ਉਨ੍ਹਾਂ ਨੇ ਇਹ ਆ ਕੇ ਪੁਚਾਲ ਦੀ ਡੂੰਘਾਈ ਸਤਾ ਤੋਂ 5 ਕਿਲੋਮੀਟਰ ਹੇਠਾਂ ਤੇ 33.31 ਡਿਗਰੀ ਅਤੇ 75.19 ਡਿਗਰੀ ਪੂਰਬ ਦੇ ਅਕਸ਼ਾਂਸ਼ ਉੱਤੇ ਸੀ। ਦੂਜਾ ਝਟਕਾ ਲੇ ਲਦਾਖ ਤੋਂ 273 ਕਿਲੋਮੀਟਰ ਉੱਤਰ ਪੂਰਬ ਵਿੱਚ ਰਾਤ 9:44 ਮਿੰਟ ਉਤੇ 4.5 ਦੀ ਤਿੱਬਰਤਾ ਨਾਲ ਲੱਗਿਆ। ਭਾਰਤ-ਚੀਨ ਸਰਹੱਦ ਨੇੜੇ ਪੁਚਾਲ ਦੇ 15 ਮਿੰਟਾਂ ਦੇ ਅੰਦਰ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਰਾਤ 9:55 ਮਿੰਟ ਉਤੇ 4.4 ਤਿੱਬਰਤਾ ਦਾ ਪੁਚਾਲ ਆਇਆ। ਡੋਡਾ ਜ਼ਿਲ੍ਹੇ ਵਿੱਚ ਪਿਛਲੇ 5 ਦਿਨਾਂ ਵਿੱਚ ਇਹ 7ਵਾਂ ਭੁਚਾਲ ਸੀ ਐਤਵਾਰ ਤੜਕੇ ਲਦਾਖ ਤੇਲੇ ਵਿਜ਼ਿਲੇ ਦੇ ਵਿੱਚ 295 ਕਿਲੋਮੀਟਰ ਉੱਤਰ ਪੂਰਬ ਵਿੱਚ ਭਾਰਤ ਚੀਨ ਸਰਹੱਦੇ ਦੇ ਨੇੜੇ ਇਸ ਦੇ ਕੇਂਦਰ ਦੇ ਨਾਲ 4.1 ਤਿੱਬਰਤਾ ਦੇ ਭੁਚਾਲ ਨੇ ਫਿਰ ਤੋਂ ਖੇਤਰ ਨੂੰ ਝਟਕਾ ਦਿੱਤਾ ਪੰਜਵੀਂ ਅਤੇ ਆਖਰੀ ਭੁਚਾਲ ਦੀ ਗਤੀਵਿਧੀ ਜੰਮੂ ਕਸ਼ਮੀਰ ਦੇ ਕਟੜਾ ਨੇੜੇ ਦੇਖੀ ਗਈ ਕਟੜਾ ਤੋਂ 80 ਕਿਲੋਮੀਟਰ ਪੂਰਬ ਵਿੱਚ ਤੜਕੇ 3.50 ਮਿੰਟ ਉਤੇ 4.1 ਦੀ ਤੀਬਰਤਾ ਦਾ ਭੁਚਾਲ 11 ਕਿਲੋਮੀਟਰ ਦੀ ਡੂੰਘਾਈ ਦੇ ਵਿੱਚ ਆਇਆ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਭਾਰਤ ਚੀਨ ਸਰਹੱਦ ਨੇੜੇ ਜੰਮੂ ਕਸ਼ਮੀਰ ਅਤੇ ਡੋਡਾ ਜ਼ਿਲ੍ਹੇ ਵਿੱਚ ਰਾਤ 9:55 ਮਿੰਟ ਉਤੇ 4.4 ਤੀਬਰਤਾ ਦਾ ਭੁਚਾਲ ਆਇਆ ਜੰਮੂ ਕਸ਼ਮੀਰ ਅਤੇ ਲਦਾਖ ਦੇ ਖੇਤਰ ਵਿੱਚ 24 ਘੰਟਿਆਂ ਦੇ ਅੰਦਰ ਪੰਜ ਹਲਕੇ ਤਿੱਬਰਤਾ ਵਾਲੇ ਭੁਚਾਲ ਆਏ ਜਿਸ ਦੀ ਤਿੱਬਰਤਾ 4.5 ਤੋਂ ਵੱਧ ਸੀ ਜੰਮੂ ਕਸ਼ਮੀਰ ਵਿੱਚ ਸ਼ਨੀਵਾਰ ਦੁਪਹਿਰ 2 ਵਜੇ 3.0 ਦੀ ਤਿੱਬਰਤਾ ਵਾਲੇ ਭੁਚਾਲ ਦੇ ਛਿਟਕੇ ਮਹਿਸੂਸ ਕੀਤੇ ਗਏ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ 2 ਵਜੇ ਆਏ 3.0 ਤਿੱਬਰਤਾ ਦੇ ਭੁਚਾਲ ਦਾ ਕੇਂਦਰ ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ਦੇ ਨਾਲ ਪਹਾੜੀ ਰਾਂਬਨ ਜ਼ਿਲ੍ਹਾ ਸੀ ਉਨ੍ਹਾਂ ਨੇ ਕਿਹਾ ਕਿ ਪੁਚਾਲ ਦੀ ਡੂੰਘਾਈ ਸਤਾ ਤੋਂ 5 ਕਿਲੋਮੀਟਰ ਹੇਠਾਂ ਤੇ 31.31 ਡਿਗਰੀ ਅਤੇ 75.19 ਡਿਗਰੀ ਪੂਰਬ ਦੇ ਅਕਸ਼ਾਂਸ਼ ਉੱਤੇ ਸੀ। ਦੂਜਾ ਝਟਕਾ ਲੇ ਲਦਾਖ ਤੋਂ 272 ਕਿਲੋਮੀਟਰ ਉੱਤਰ ਪੂਰਬ ਵਿੱਚ ਰਾਤ 9:44 ਮਿੰਟ ਉੱਤੇ 4.5 ਦੀ ਤਿੱਬਰਤਾ ਨਾਲ ਲੱਗਿਆ। ਭਾਰਤ-ਚੀਨ ਸਰਹੱਦ ਨੇੜੇ ਪੁਚਾਲ ਦੇ 15 ਮਿੰਟਾਂ ਦੇ ਅੰਦਰ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਰਾਤ 9:55 ਮਿੰਟ ਉੱਤੇ 4.4 ਤਿੱਬਰਤਾ ਦਾ ਪੁਚਾਲ ਆਇਆ। ਡੋਡਾ ਜ਼ਿਲ੍ਹੇ ਵਿੱਚ ਪਿਛਲੇ 5 ਦਿਨਾਂ ਵਿੱਚ ਇਹ ਸੱਤਵਾਂ ਪੁਚਾਲ ਸੀ ਐਤਵਾਰ ਤੜਕੇ ਲਦਾਖ ਤੇਲੇ ਵਿਜ਼ਿਲੇ ਦੇ ਵਿੱਚ 295 ਕਿਲੋਮੀਟਰ ਉੱਤਰ ਪੂਰਬ ਵਿੱਚ ਭਾਰਤ ਚੀਨ ਸਰਹੱਦੇ ਦੇ ਨੇੜੇ ਇਸ ਦੇ ਕੇਂਦਰ ਦੇ ਨਾਲ 4.1 ਤਿੱਬਰਤਾ ਦੇ ਪੁਚਾਲ ਨੇ ਫਿਰ ਤੋਂ ਖੇਤਰ ਨੂੰ ਝਟਕਾ ਦਿੱਤਾ ਪੰਜਵੀਂ ਅਤੇ ਆਖਰੀ ਪੁਚਾਰ ਦੀ ਗਤੀਵਿਧੀ ਜੰਮੂ ਕਸ਼ਮੀਰ ਦੇ ਕਟੜਾ ਨੇੜੇ ਦੇਖੀ ਗਈ ਕਟੜਾ ਤੋਂ 80 ਕਿਲੋਮੀਟਰ ਪੂਰਬ ਵਿੱਚ ਤੜਕੇ 3.50 ਮਿੰਟ ਉਤੇ 4.1 ਦੀ ਤੀਬਰਤਾ ਦਾ ਪੁਚਾਰ 11 ਕਿਲੋਮੀਟਰ ਦੀ ਢੁਗਾਈ ਦੇ ਵਿੱਚ ਆਇਆ ਬਿਊਰੋ ਰਿਪੋਰਟ ਦੀ ਸ਼ੁਭ ਅਪਡੇਟ ਨਿਊਜ਼ ਦੇ ਨਾਲ ਧੰਨਵਾਦ